ਮੇਰੇ ਖਾਰ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਮਨੂ ਮੋੜ ਤੇ ਮੇਰੇ ਕੋਲ ਇੰਸਟਾਗ੍ਰam ਤੇ ਕਾਫੀ ਸਵਾਲ ਆ ਰਹੇ ਨੇ ਕਿ ਸਰ ਜਿਹੜੀ ਫੋਰੈਸਟ ਗਾਰਡ ਦੀ ਐਗਜ਼ਾਮ ਡੇਟ ਆ ਉਹ ਕਦੋਂ ਆ ਕਿ ਉਹ ਵੀ ਮਤਲਬ ਕਿ ਡਿਲੇ ਹੋ ਗਈ ਹੈ ਜਾਂ ਸ਼ਿਫਟ ਹੋ ਗਈ ਹੈ ਡੇਟ ਤਾਂ ਦੇਖੋ ਸਭ ਤੋਂ ਪਹਿਲਾਂ ਇੱਥੇ ਨੋਟੀਫਿਕੇਸ਼ਨ ਦੇਖ ਲੋ ਇਹਨਾਂ ਦੀ ਆਫੀਸ਼ਲ ਵੈਬਸਾਈਟ ਉੱਤੇ ਇਹਨਾਂ ਨੇ ਸਿਰਫ ਤੇ ਇਸ ਦੇ ਰਿਗਾਰਡਿੰਗ ਮੈਂ ਇੱਕ ਵੀਡੀਓ ਵੀ ਬਣਾਇਆ ਸੀ ਇਹਨਾਂ ਨੇ ਸਿਰਫ ਨੋਟਿਸ ਗਾਰਡਿੰਗ ਐਗਜ਼ਾਮ ਡੇਟ ਐਡਵਰਟਾਈਜ਼ਮੈਂਟ ਨੰਬਰ 7 2022 ਰੇਂਜਰ ਇਸ ਦੀ ਜਿਸ ਨੂੰ ਜੇ ਆਪਾਂ ਓਪਨ ਕਰੀਏ ਕਾ ਇਸ ਦੀ ਐਗਜ਼ਾਮ ਡੇਟ ਸੇਮ ਹੀ ਆਸਪਾਸ ਸੀ ਫੋਰੈਸਟ ਗਾਰਡ ਦੇ ਐਗਜ਼ਾਮ ਦੇ ਨਾਲ ਠੀਕ ਹੈ ਇਸ ਦੀ ਡੇਟ ਚੇਂਜ ਹੋਈ ਹੈ 26 11 ਨੂੰ ਸ਼ਿਫਟ ਕਰ ਦਿੱਤੀ ਗਈ ਹੈ ਠੀਕ ਹੈ ਅੱਥੇ ਦੇਖ ਲਓ ਹੁਣ ਫੋਰੈਸਟ ਗਾਰਡ ਦੇ ਕਈ ਬੱਚੇ ਕਨਫਿਊਜ਼ ਨੇ ਕਿ ਫੋਰੈਸਟ ਗਾਰਡ ਦੇ ਐਗਜ਼ਾਮ ਦੀ ਵੀ ਡੇਟ ਚੇਂਜ ਹੋਈ ਹੈ ਕਿ ਅੱਥੇ ਦੇਖੋ ਸਾਫ਼-ਸਾਫ਼ ਇਸ ਨੋਟੀਫਿਕੇਸ਼ਨ ਵਿੱਚ ਮੈਂਸ਼ਨ ਕੀਤਾ ਹੋਇਆ ਹੈ ਕਿ ਫੋਰੈਸਟ ਗਾਰਡ ਦਾ ਜਿਹੜਾ ਐਗਜ਼ਾਮ ਹੈ ਉਹ ਕਦੋਂ ਹੋਏ ਸਭ ਨੰਬਰ ਪੁਆਇੰਟ ਤੇ ਆਪਾਂ ਚੈੱਕ ਕਰ ਸਕਦੇ ਹਾਂ ਫੋਰੈਸਟ ਗਾਰਡ 7 2022 ਦਾ ਜਿਹੜਾ ਨੋਟੀਫਿਕੇਸ਼ਨ ਲਈ ਜੋ ਆਇਆ ਸੀ ਉਸ ਦਾ ਐਗਜ਼ਾਮ 13 11 ਕਾਫੀ ਬੱਚੇ ਨੂੰ ਹਲੇ ਪਤਾ ਹੀ ਨਹੀਂ ਕਿ ਫੋਰੈਸਟ ਗਾਰਡ ਦੀ ਇਗਜ਼ਾਮ ਡੇਟ ਆ ਗਈ ਬਾਕੀ ਇਗਜ਼ਾਮ ਡੇਟ ਆ ਚੁੱਕੀ ਹੈ ਫਿਲਹਾਲ ਇਹਨਾਂ ਨੇ ਇਹੀ ਆਫੀਸ਼ੀਅਲ ਸਾਈਟ ਤੇ ਮੈਂਸ਼ਨ ਕੀਤੀ ਹੋਈ ਹੈ ਬਾਕੀ ਬਾਅਦ ਦਾ ਪਤਾ ਨਹੀਂ ਹੈ ਚੇਂਜ ਕਰ ਦੇਣ ਡੇਟ ਨੂੰ ਜਾਂ ਨਾ ਕਰਨ ਠੀਕ ਹੈ ਤਾਂ ਅਗਰ ਕਿ ਤਿਆਰੀ ਰੱਖੋ ਐਂਡ ਫੋਰੈਸਟ ਗਾਰਡ ਦੇ ਰਿਗਾਰਡਿੰਗ ਕਾਫੀ ਕਲਾਸਸ ਮਤਲਬ ਪਰਫੈਕਟ ਕਲਾਸਸ ਆਪਣੇ ਚੈਨਲ ਤੇ ਤੁਹਾਨੂੰ ਮਿਲ ਜਾਣਗੇ ਕਿਸੇ ਵੀ ਟੌਪਿਕ ਦੇ ਰਿਗਾਰਡਿੰਗ ਜੇ ਤੁਸੀਂ ਸਰਚ ਕਰੋਗੇ ਬਾਏ ਮੰਨੂ ਮੋਡ ਲਿਖ ਕੇ ਐਗਜ਼ਾਮਪਲ ਦੇ ਤੌਰ ਤੇ ਪੰਜਾਬ ਜੀਕੇ ਬਾਰੇ ਮਨੂ ਮੋਡ ਦਿਖਾਉਗੇ ਫੋਰੈਸਟ ਗਾਰਡ ਲਈ ਤਾਂ ਬਹੁਤ ਸਾਰੀ ਕਲਾਸਿਸ ਤੁਹਾਨੂੰ ਚੈਨਲ ਤੇ ਮਿਲ ਜਾਣਗੇ ਇਸ ਤੋਂ ਇਲਾਵਾ ਹਰ ਟੋਪਿਕ ਵਾਈਜ਼ ਤੁਹਾਨੂੰ ਕਲਾਸ ਮੈਂ ਪ੍ਰੋਵਾਈਡ ਕਰਵਾ ਦਿੱਤੀ ਹੈ ਐਂਡ ਜੇ ਹੁਣ ਕੋਈ ਹੁਣ ਵੀ ਜੇ ਕੋਈ ਤੁਹਾਡਾ ਸਵਾਲ ਹੈ ਤਾਂ ਵੀਡੀਓ ਵਿੱਚ ਕਮੈਂਟ ਕਰ ਲਓ ਜਾਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਮੇਰੇ ਨਾਲ ਗੱਲ ਕਰਕੇ ਪੂਰੀ ਜਾਣਕਾਰੀ ਕਿਸੇ ਵੀ ਫੋਰੈਸਟ ਗਾਰਡ ਦੇ ਟੋਪਿਕ ਜਾਂ ਸਿਲੇਬਸ ਦੇ ਰਿਗਾਰਡਿੰਗ ਲੈ ਸਕਦੇ ਹੋ ਠੀਕ ਹੈ